ਅੱਜ ਦਾ ਰੋਸ ਪ੍ਰਦਰਸ਼ਨ ਭਾਰਤੀ ਜਨਤਾ ਪਾਰਟੀ ਜ਼ਿਲ੍ਹਾ ਪਠਾਨਕੋਟ ਵੱਲੋਂ ਜਿਹੜੀ ਅਭੱਦਰ ਭਾਸ਼ਾ ਦਾ ਗੰਦੀ ਲੈਂਗੁਏਜ ਦਾ ਯੂਜ਼ ਪਾਕਿਸਤਾਨ ਦੇ ਵਿਦੇਸ਼ ਮੰਤਰੀ ਬਿਲਾਵਲ ਭੁੱਟੋ ਨੇ ਆਦਰਣੀਏ ਮੋਦੀ ਜੀ ਦੇ ਖਿਲਾਫ ਕੀਤਾ, ਉਸ ਦੇ ਰੋਸ ਦੇ ਵਜੋਂ ਅੱਜ ਸਾਰੇ ਹਿੰਦੁਸਤਾਨ 'ਚ ਉਸ ਦੇ ਤਹਿਤ ਅੱਜ ਪਠਾਨਕੋਟ ਜ਼ਿਲ੍ਹੇ ਵੱਲੋਂ ਵੀ ਉਸਦਾ ਵਿਰੋਧ ਕਰਦੇ ਹੋਏ ਬਿਲਾਵਲ ਭੁੱਟੋ ਦਾ ਪੁਤਲਾ ਫੂਕਿਆ ਗਿਆ ਔਰ ਇਹ ਮੰਗ ਕੀਤੀ ਗਈ ਹੈ ਕਿ ਜੋ ਬਿਲਾਵਲ ਭੁੱਟੋ ਨੇ ਦੁਨੀਆ ਦੇ ਸਭ ਤੋਂ ਸਸ਼ਕਤ ਨੇਤਾ ਆਦਰਣੀ ਪ੍ਰਧਾਨ ਮੰਤਰੀ ਮੋਦੀ ਜੀ ਜਿਸ ਦਾ ਲੋਹਾ ਸਾਰੀ ਦੁਨੀਆ 'ਚ ਮੰਨ ਰਹੀ ਹੈ, ਉਹਨਾਂ ਦੇ ਖਿਲਾਫ ਇੰਨੀ ਘਟੀਆ ਗੰਦੀ ਲੈਂਗੁਏਜ ਯੂਜ਼ ਕੀਤੀ ਹੈ, ਉਸ ਦੇ ਰੋਸ ਵਜੋਂ ਅੱਜ ਭਾਰਤੀ ਜਨਤਾ ਪਾਰਟੀ ਦੇ ਸਮੂਹ ਕਾਰਜਕਰਤਾ ਔਰਤਾਂ ਨੌਜਵਾਨ ਬਜ਼ੁਰਗ ਸਭ ਲੋਕ ਸਮਾਜ ਦੇ ਅੰਨ ਲੋਕ ਇਸ ਗੱਲ ਦਾ ਵਿਰੋਧ ਕਰ ਰਹੇ ਹੈ ਵੀ ਜੋ ਲੈਂਗੁਏਜ ਉਸ ਭੁੱਟੋ ਨੇ ਉਸ ਗਲਤ ਵਿਅਕਤੀ ਨੇ ਪਾਕਿਸਤਾਨ ਦੇ ਵਿਦੇਸ਼ ਮੰਤਰੀ ਨੇ ਸਾਡੇ ਬਹੁਤ ਹੀ ਆਦਰਣੀ ਹੈ ਦੁਨੀਆ ਦੇ ਸਸ਼ਕਤ ਨੇਤਾ ਦੇ ਖਿਲਾਫ ਜੋ ਲੈਂਗੁਏਜ ਯੂਜ਼ ਕੀਤੀ ਹੈ ਉਸ ਦੀ ਉਹ ਸ਼ਰਮ ਮਾਫ਼ੀ ਮੰਗੇ, ਪਾਕਿਸਤਾਨ ਉਸ ਨੂੰ ਬਰਖਾਸਤ ਕਰੇ ਔਰ ਮਾਫ਼ੀ ਮੰਗੇ ਤਾਂ ਹੀ ਉਹਦੀ ਖਲਾਸੀ ਹੋਏਗੀ। ਨੇਤਾ ਅਸੀਂ ਲੋਕ ਉਸਦਾ ਪੂਰਾ ਵਿਰੋਧ ਕਰਾਂਗੇ ਦੁਨੀਆ ਦੇ ਅੰਦਰ। ਅੱਜ ਤੁਸੀਂ ਮੇਰੇ ਪੱਤਰਕਾਰ ਵੀਰੋ ਤੁਸੀਂ ਸਭ ਨੇ ਦੇਖਿਆ ਕਿ ਪਾਕਿਸਤਾਨ ਦੇ ਅੰਦਰ ਵੀ ਤੁਹਾਡੇ ਵਰਗੇ ਵੀਰ ਪ੍ਰੈਸ ਦੇ ਵੀਰ ਪਾਕਿਸਤਾਨ ਦੀ ਜਨਤਾ ਨੂੰ ਪੁੱਛ ਰਹੇ ਹੈ ਦੋਨਾਂ ਹੱਥਾਂ 'ਚ ਪੋਸਟਰ ਲੈ ਕੇ, ਇੱਕ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਦਾ ਇੱਕ ਸਾਡੇ ਆਦਰਣੀ ਨਰਿੰਦਰ ਮੋਦੀ ਜੀ ਦਾ, ਔਰ ਪੁੱਛ ਰਹੇ ਹੈ ਕਿਹੜਾ ਵਿਅਕਤੀ ਵਧੀਆ। ਔਰ ਪਾਕਿਸਤਾਨ ਦੀ ਜਨਤਾ ਨੇ ਇਹ ਅੱਜ ਉੱਥੇ ਕਿਹਾ, ਕੱਲ੍ਹ ਸਭ ਲੋਕਾਂ ਨੇ ਵੀ ਨਰਿੰਦਰ ਮੋਦੀ ਜੀ ਬਹੁਤ ਅੱਛੇ ਬੰਦੇ ਆ, ਦੁਨੀਆ ਦੇ ਸਭ ਤੋਂ ਵੱਡੇ ਨੇਤਾ ਆ, ਸਾਡੇ ਬਿਲਾਵਲ ਭੁੱਟੋ ਨੇ ਜੋ ਲੈਂਗੁਏਜ ਉਹਨਾਂ ਦੇ ਖਿਲਾਫ ਯੂਜ਼ ਕੀਤੀ ਹੈ ਉਹ ਗਲਤ ਹੈ, ਉਸ ਨੂੰ ਉਸਦੀ ਮਾਫ਼ੀ ਮੰਗਣੀ ਚਾਹੀਦੀ ਹੈ। ਤਾਂ ਮੇਰਾ ਕਹਿਣ ਦਾ ਮਤਲਬ ਵੀ ਜੋ ਲੈਂਗੁਏਜ ਜੋ ਅਭੱਦਰ ਭਾਸ਼ਾ ਦਾ ਪ੍ਰਯੋਗ ਪਾਕਿਸਤਾਨ ਦੇ ਵਿਦੇਸ਼ ਮੰਤਰੀ ਬਿਲਾਵਲ ਭੁੱਟੋ ਨੇ ਕੀਤਾ ਉਸਦਾ ਹਿੰਦੁਸਤਾਨ ਦੇ ਅੰਦਰ ਤਾਂ ਵਿਰੋਧ ਹੋ ਹੀ ਰਿਹਾ, ਲੇਕਿਨ ਦੁਨੀਆ ਦੇ ਵਿੱਚ ਜਿਹੜਾ ਉਹ ਆਪਣਾ ਪਾਕਿਸਤਾਨ ਦੇ ਵੀ ਅੰਦਰ ਉਸਦਾ ਵਿਰੋਧ ਹੋ ਰਿਹਾ ਪਾਕਿਸਤਾਨ ਦੀ ਜਨਤਾ। ਔਰ ਅਸੀਂ ਵੀ ਇਹ ਮੰਗ ਕਰਦੇ ਹਾਂ ਕਿ ਉਹ ਸ਼ਰਿਆਮ ਮੋਦੀ ਜੀ ਕੋਲੋਂ ਮਾਫ਼ੀ ਮੰਗੇ, ਆਪਣੀ ਗੱਲ ਦਾ ਪਛਤਾਵ ਕਰੇ ਤਾਂ ਹੀ ਉਹਦੇ ਖਲਾਸੀ ਹੋਣ ਵਾਲੀ। ਭੁੱਟੋ ਨੇ ਜਿਸ ਤਰ੍ਹਾਂ ਨਾਲ ਅਭੱਦਰ ਟਿੱਪਣੀ ਪ੍ਰਧਾਨ ਮੰਤਰੀ ਦੀ ਜੀ ਪ੍ਰਧਾਨ ਮੰਤਰੀ ਜੀ ਦੇ ਵਿਰੋਧ ਕੀਤੀ ਆ, ਉਹਦੇ ਵਿਰੋਧ 'ਚ ਅੱਜ ਰੋਸ ਪ੍ਰਦਰਸ਼ਨ ਕੀਤਾ ਗਿਆ। ਪਾਕਿਸਤਾਨ ਦੇ ਹਾਲਾਤ ਇਹਨਾਂ ਨੇ ਪਾਕਿਸਤਾਨ ਦੇ ਜਿਹੜੇ ਇੱਦਾਂ ਦੇ ਬਦਤਮੀਜ਼ ਲੀਡਰ ਆ ਪਾਕਿਸਤਾਨ ਦੇ ਹਾਲਾਤ ਅੱਜ ਬਦ ਤੋਂ ਬਦਤਰ ਬਣਾ ਦਿੱਤੀ ਆ। ਪਾਕਿਸਤਾਨ ਅੱਜ ਦੁਨੀਆ ਦਾ ਵਿੱਚ ਦੁਨੀਆ 'ਚ ਆਤੰਕਵਾਦ ਫੈਲ ਫੈਲਾਉਣ ਵਾਲਾ ਦੇਸ਼ ਸਾਬਿਤ ਕਰ ਦਿੱਤਾ ਇਹਨਾਂ ਦੇ ਲੀਡਰਾਂ ਨੇ, ਔਰ ਪਾਕਿਸਤਾਨ ਜੇ ਭਿੱਖ ਮੰਗਾ ਦੇਸ਼ ਇਹਨਾਂ ਦੇ ਲੀਡਰਾਂ ਦੀ ਐਸੀ ਬਦਤਮੀਜ਼ੀ ਨੇ ਅੱਜ ਦੁਨੀਆ ਦੇ ਵਿੱਚ ਪਾਕਿਸਤਾਨ ਨੂੰ ਨੰਗਾ ਕਰ ਦਿੱਤਾ। ਔਰ ਸਾਡੇ ਜਿਹੜੇ ਯਸ਼ਸਵੀ ਪ੍ਰਧਾਨ ਮੰਤਰੀ ਜੀ ਨੂੰ ਦੁਨੀਆ ਨੇ ਮੰਨਿਆ, ਅੱਜ ਉਹਨਾਂ ਦੇ ਵਿਰੁੱਧ ਜਿਹੜੀ ਅਭੱਦਰ ਟਿੱਪਣੀ ਕੀਤੀ ਆ ਉਹਦੇ ਵਾਸਤੇ ਅੱਜ ਪਾਕਿਸਤਾਨ ਦਾ ਜਿਹੜਾ ਬਿਲਾਵਲ ਭੁੱਟੋ ਵਿਦੇਸ਼ ਮੰਤਰੀ ਉਹਦਾ ਪੁਤਲਾ ਫੂਕਿਆ ਗਿਆ। ਔਰ ਇਹ ਮੰਗ ਕੀਤੀ ਗਈ ਹੈ ਕਿ ਭਾਰਤ ਸਰਕਾਰ ਕੋਲ ਪਾਕਿਸਤਾਨ ਸਰਕਾਰ ਮਾਫ਼ੀ ਮੰਗੇ ਔਰ ਜਲਦ ਤੋਂ ਜਲਦ ਐਸੇ ਗੰਦੇ ਵਿਦੇਸ਼ ਮੰਤਰੀ ਨੂੰ ਬਰਖਾਸਤ ਕੀਤਾ ਜਾਵੇ। ਜੈ ਹਿੰਦ ਜੈ ਭਾਰਤ। ਜਿੱਦਾਂ ਕਿ ਸਾਡੇ ਜ਼ਿਲ੍ਹਾ ਪ੍ਰਧਾਨ ਮੰਡਲ ਪ੍ਰਧਾਨ ਜੀ ਨੇ ਤੁਹਾਨੂੰ ਦੱਸਿਆ ਹੀ ਹੈ ਔਰ ਕੱਲ੍ਹ ਦਾ ਸਾਰੇ ਲੋਕ ਨਿਊਜ਼ ਚੈਨਲ 'ਚ ਦੇਖ ਹੀ ਰਹੇ ਹੈ ਕਿ ਉਸ ਭੁੱਟੋ ਨੇ ਸਾਡੇ ਪ੍ਰਧਾਨ ਮੰਤਰੀ ਦੇ ਖਿਲਾਫ਼ ਕਿੱਦਾਂ ਦਾ ਅਭੱਦਰ ਟਿੱਪਣੀ ਕੀਤੀ ਹੈ, ਉਹਦੇ ਕਰਕੇ ਅਸੀਂ ਅੱਜ ਰੋਸ ਪ੍ਰਦਰਸ਼ਨ ਕੀਤਾ ਔਰ ਸਾਡਾ ਮਹਿਲਾ ਮੋਰਚਾ ਪਠਾਨਕੋਟ ਮਹਿਲਾ ਮੋਰਚਾ ਪੂਰਾ ਉਹਦੇ ਲਈ ਉਹਨਾਂ ਨੂੰ ਕਹਿ ਰਿਹਾ ਬਾਰ ਬਾਰ ਕਿ ਮਾਫ਼ੀ ਮੰਗੋ ਮਾਫ਼ੀ ਮੰਗੋ। ਉਹਨਾਂ ਨੇ ਸਾਡੇ ਇੰਨੇ ਯਸ਼ਸਵੀ ਪ੍ਰਧਾਨ ਮੰਤਰੀ ਦੇ ਖਿਲਾਫ਼ ਅੱਜ ਇੱਦਾਂ ਦੀ ਅਭੱਦਰ ਟਿੱਪਣੀ ਕੀਤੀ ਹੈ, ਉਹ ਮਹਿਲਾਵਾਂ ਦਾ ਇੰਨਾ ਧਿਆਨ ਰੱਖਦੇ ਸਭ ਕੁਛ ਹੈ, ਲੇਕਿਨ ਉਹਨਾਂ ਨੇ ਸਾਡੇ ਬਰਖਿਲਾਫ਼ ਇੰਨਾ ਗਲਤ ਬੋਲਿਆ ਸਾਡੇ ਪ੍ਰਧਾਨ ਮੰਤਰੀ ਦੇ ਬਰਖਿਲਾਫ਼। ਉਹਨਾਂ ਦੇ ਨਾਲ ਅੱਜ ਅਸੀਂ ਉਹਨਾਂ ਨੂੰ ਇਹ ਗੱਲ ਕਹਿੰਦੇ ਹਾਂ ਤੁਹਾਡੇ ਚੈਨਲ ਦੇ ਥਰੂ ਕਿ ਉਹਨਾਂ ਨੂੰ ਮਾਫ਼ੀ ਮੰਗਣੀ ਪਏਗੀ ਮੰਗਣੀ ਪਏਗੀ ਮੰਗਣੀ ਪਏਗੀ। ਬੇਨਜ਼ੀਰ ਭੁੱਟੋ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ। ਸੁੱਚੀ ਜਾਤੀ ਮੋਰਚਾ ਦੀ ਪ੍ਰਦੇਸ਼ ਉਪਾਧਿਅਕਸ਼, ਅੱਜ ਅਸੀਂ ਇੱਥੇ ਸਾਰਿਆਂ ਨੇ ਧਰਨਾ ਲਾਇਆ
ਦਿਲਾਵਰ ਭੁੱਟੋ ਨੇ ਜਿਹੜਾ ਸਾਡੇ ਪ੍ਰਧਾਨ ਮੰਤਰੀ ਜੀ ਦੇ ਖਿਲਾਫ਼ ਬੋਲਿਆ, ਅਸੀਂ ਉਹਦੇ ਖਿਲਾਫ਼ ਪ੍ਰਦਰਸ਼ਨ ਕਰ ਰਹੇ ਹਾਂ, ਉਹਦਾ ਪੁਤਲਾ ਫੂਕਿਆ ਗਾ, ਔਰ ਅਸੀਂ ਸਰਕਾਰ ਕੋਲੋਂ ਆਹੀ ਮੰਗ ਕਰਦੇ ਹਾਂ ਕਿ ਇਸ ਦਿਲਾਵਰ ਭੁੱਟੋ ਨੂੰ ਬਰਖਾਸਤ ਕੀਤਾ ਜਾਏ, ਔਰ ਪਾਕਿਸਤਾਨ ਜਿਹੜੀ ਹੈ ਉਹ ਆਪਣੇ ਇਹਦੇ ਕੋਲੋਂ ਹਿੰਦੁਸਤਾਨ ਦੇ ਪ੍ਰਧਾਨ ਮੰਤਰੀ ਕੋਲੋਂ ਮਾਫ਼ੀ ਮੰਗੇ, ਉਹ ਪੂਰੇ ਦੇਸ਼ ਕੋਲੋਂ ਮਾਫ਼ੀ ਮੰਗੇ। ਅਸੀਂ ਬਸ ਇੰਨਾ ਕਹਿਣਾ ਚਾਹੁੰਦੇ ਹਾਂ ਕਿ ਇਹਨੂੰ ਮਾਫ਼ੀ ਮੰਗਣੀ ਚਾਹੀਦੀ ਆ।